ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡਲੁਕ ਬੁਟੀਕ 'ਚ। ਫਰੈਂਡਸ, ਅੱਜ ਮੈਂ ਤੁਹਾਨੂੰ ਸ਼ਰਟ 'ਤੇ ਲਾਈਨਿੰਗ ਅਟੈਚ ਕਰਨਾ ਦੱਸਾਂਗੀ, ਕਿਉਂਕਿ ਲਾਈਨਿੰਗ ਅਟੈਚ ਕਰਨ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਸਾਰਿਆਂ ਨੂੰ। ਕਿਤੇ ਨਾ ਕਿਤੇ ਵਲ ਪੈ ਜਾਂਦੇ ਆ ਮੋਢਿਆਂ ਦੇ ਕੋਲੋਂ ਅਟੈਚ ਕਰਨ ਨੂੰ ਜਾਂ ਕਿਸੇ ਵੀ ਤਰ੍ਹਾਂ। ਠੀਕ ਹੈ, ਜੋ ਅੱਜ ਮੈਂ ਤੁਹਾਨੂੰ ਲਾਈਨਿੰਗ ਅਟੈਚ ਕਰਨੀ ਦੱਸਾਂਗੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ, ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਇਹ ਮੈਂ ਕੋਟਨ ਦੀ ਲਾਈਨਿੰਗ ਲਗਾਉਣੀ ਹੈਗੀ ਆ। ਲਾਈਨਿੰਗ ਕਿਸ ਤਰ੍ਹਾਂ ਕੱਟ ਕਰਨੀ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਹੋਇਆ ਹੈ। ਪਹਿਲਾਂ ਮੈਂ ਇਹਨੂੰ ਨੀਚਿਓਂ ਫੋਲਡ ਕਰ ਲੈਣਾ। ਦੋਨੋਂ ਪੱਲੇ ਅੱਗੇ ਪਿੱਛੇ ਇਸ ਤਰ੍ਹਾਂ ਫੋਲਡ ਕਰ ਲੈਣੇ ਹੈ। ਉਹ ਤੋਂ ਬਾਅਦ ਫਿਰ ਇਹਨੂੰ ਆਪਾਂ ਮੇਨ ਕੱਪੜੇ ਦੇ ਨਾਲ ਅਟੈਚ ਕਰਨਾ ਹੈ। ਪਹਿਲਾਂ ਮੈਂ ਬੈਕ ਦਾ ਪੱਲਾ ਅਟੈਚ ਕਰਨ ਲੱਗੀ ਹਾਂ। ਦੇਖੋ, ਇੱਕ ਕੋਨੇ ਤੋਂ ਹੁਣ ਮੈਂ ਪਹਿਲਾਂ ਜਿਹੜਾ ਤੀਰੇ ਵਾਲੀ ਸਾਈਡ ਹੈ ਉਹ ਅਟੈਚ ਕਰਨੀ ਹੈ, ਤੀਰਾ ਅਟੈਚ ਕਰਨਾ ਹੈ। ਕੋਟਨ ਦੀ ਲਾਈਨਿੰਗ ਹੈ, ਕਈ ਵਾਰੀ ਥੋੜ੍ਹੀ ਬਹੁਤੀ ਜ਼ਿਆਦਾ ਕੱਟੀ ਹੁੰਦੀ ਹੈ, ਕਿਉਂਕਿ ਕਈ ਵਾਰੀ ਧੋਤੀ ਹੋਈ ਲਾਈਨਿੰਗ ਵੀ ਦੁਬਾਰਾ ਸ਼੍ਰਿੰਕ ਕਰ ਜਾਂਦੀ ਹੁੰਦੀ ਹੈ। ਇਸ ਲਈ ਆਪਾਂ ਪਹਿਲਾਂ ਇਹਨੂੰ ਉੱਧਰਲੇ ਕੋਨੇ ਤੋਂ ਸਟਾਰਟ ਕਰ ਲੈਣੀ, ਇੱਧਰਲੇ ਕੋਨੇ ਤੋਂ ਇਸ ਤਰ੍ਹਾਂ ਫੜ ਕੇ ਸਟ੍ਰੈਚ ਕਰ ਲੈਣਾ। ਠੀਕ ਹੈ, ਦੋਨੇ ਬਰਾਬਰ ਹੋ ਗਏ। ਹੁਣ ਆਪਾਂ ਸਿਲਾਈ ਲਗਾਉਣੀ ਸ਼ੁਰੂ ਕਰਨੀ ਹੈ। ਤੁਸੀਂ ਚਾਹੋ ਤਾਂ ਪਹਿਲਾਂ ਇਹਨਾਂ ਨੂੰ ਇਸ ਤਰ੍ਹਾਂ ਕੱਢ ਲੈਣਾ ਹੈ ਅਤੇ ਫਿਰ ਸਾਈਡਾਂ ਜੋੜ ਦੇਣੀਆਂ, ਬਾਅਦ ਵਿੱਚ ਮੋਢੇ ਜੋੜਨੇ ਹੈਗੇ। ਠੀਕ ਹੈ, ਜੇ ਨਾਲ ਹੀ ਜੋੜਨੇ ਆ ਤਾਂ ਫਿਰ ਇਸ ਤਰ੍ਹਾਂ ਪਹਿਲਾਂ ਮਸ਼ੀਨ ਨੂੰ ਘੁਮਾ ਲੈਣਾ, ਉਸ ਤੋਂ ਬਾਅਦ ਮੋਢੇ ਦਾ ਇਹ ਵਾਲਾ ਕੋਨਾ ਇਸ ਤਰ੍ਹਾਂ ਫੜ ਲੈਣਾ, ਕਿਉਂਕਿ ਜਿਹੜੀ ਲਾਈਨਿੰਗ ਹੈ ਉਹ ਜ਼ਿਆਦਾ ਖਿੱਚ ਹੋ ਜਾਂਦੀ ਹੈ ਪਤਲੇ ਹੋਣ ਕਰਕੇ, ਅਤੇ ਇਹ ਵਾਲਾ ਕੱਪੜਾ ਘੱਟ ਖਿੱਚ ਹੁੰਦਾ ਹੈਗਾ ਆ ਮੋਟਾ ਹੋਣ ਕਰਕੇ। ਇਸ ਕਰਕੇ ਆਪਾਂ ਦੋਨਾਂ ਨੂੰ ਇੱਧਰਲੇ ਕੋਨੇ ਤੋਂ ਫੜ ਲੈਣਾ, ਇਸ ਤਰ੍ਹਾਂ ਸਟ੍ਰੈਚ ਕਰ ਲੈਣਾ। ਠੀਕ ਹੈ, ਸਟ੍ਰੈਚ ਕਰਕੇ ਦੂਜੇ ਹੱਥ ਨਾਲ ਇਸ ਤਰ੍ਹਾਂ ਮਿਲਾ ਲੈਣਾ ਇਹਨਾਂ ਨੂੰ ਬਰਾਬਰ ਬਰਾਬਰ ਕਰਕੇ। ਇਸ ਤਰ੍ਹਾਂ ਲਗਾਉਣ ਦੇ ਨਾਲ ਜਿਹੜਾ ਮੋਢਾ ਹੈ ਤੁਹਾਡਾ ਲਾਈਨਿੰਗ ਦਾ ਅਤੇ ਮੇਨ ਸੂਟ ਦਾ ਉਹ ਕਦੀ ਵੀ ਵੱਡਾ ਛੋਟਾ ਨਹੀਂ ਹੋਵੇਗਾ। ਇੱਕ ਸਾਈਡ ਤੋਂ ਜਿਹੜੀ ਲਾਈਨਿੰਗ ਹੈ ਉਹ ਅਟੈਚ ਹੋ ਚੁੱਕੀ ਹੈ, ਦੇਖੋ ਨਾਲ ਪ੍ਰੋਪਰ ਅਟੈਚ ਹੋਈ ਹੈ, ਕਿਤੇ ਕੋਈ ਵਲ ਨਹੀਂ ਪਿਆ ਹੈਗਾ, ਉੱਪਰੋਂ ਤੀਰਾ ਵੀ। ਇਸੇ ਤਰ੍ਹਾਂ ਇੱਧਰਲੀ ਸਾਈਡ ਤੋਂ ਵੀ ਅਟੈਚ ਕਰ ਲੈਣਾ ਹੈ ਇਹਨੂੰ। ਇੱਧਰਲੀ ਸਾਈਡ ਤੋਂ ਵੀ ਜਿਹੜੀ ਲਾਈਨਿੰਗ ਹੈ ਉਹ ਅਟੈਚ ਹੋ ਗਈ ਹੈ। ਠੀਕ ਹੈ, ਤੇ ਹੁਣ ਆਪਾਂ ਇਹਦੀ ਪਾਣੀ ਹੁੰਦੀ ਹੈਗੀ ਪਲੇਟਸ ਜਿਹੜੀ ਹੈਗੀ ਆਪਾਂ ਉਹ ਕਿਸ ਤਰ੍ਹਾਂ ਪਾਣੀ ਹੈ। ਵੈਸੇ ਤਾਂ ਇਹ
ਤੁਸੀਂ ਇਹਨੂੰ ਜਿਹੜਾ ਸੈਂਟਰ ਹੈਗਾ ਹੈ ਇਸ ਤਰ੍ਹਾਂ ਕਰਕੇ ਸੈਂਟਰ ਤੋਂ ਇੱਕ ਸਿਲਾਈ ਲਗਾ ਕੇ ਫਿਰ ਵੀ ਜਿਹੜੇ ਤੁਸੀਂ ਆਰਾਮ ਦੇ ਨਾਲ ਬਾਕੀ ਸੂਟ ਜਿਹੜਾ ਸਟਿਚ ਕਰ ਸਕਦੇ ਹੋ। ਪਰ ਦੇਖੋ ਕਈ ਵਾਰ ਕੀ ਹੁੰਦਾ ਹੈ, ਕਈ ਕੱਪੜੇ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਸਿਲਕ ਦੇ ਆਉਂਦੇ ਆ ਉਹਨਾਂ ਦੇ ਉੱਪਰ ਜਿਹੜੇ ਸਿਲਾਈ ਦਾ ਨਿਸ਼ਾਨ ਪੈ ਜਾਂਦਾ ਹੈ, ਉਹਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਸਿਲਾਈ ਨਹੀਂ ਲਗਾ ਸਕਦੇ, ਠੀਕ ਹੈ। ਉਹਨੂੰ ਤੁਸੀਂ ਹਲਕਾ ਹਲਕਾ ਟਾਂਕਾ ਸੂਈ ਦੇ ਨਾਲ ਵੀ ਸੈਂਟਰ ਤੋਂ ਲਗਾ ਸਕਦੇ ਹੋ। ਅਗਰ ਨਹੀਂ ਲਗਾਉਣਾ ਆ ਤਾਂ ਤੁਸੀਂ ਕਿਸ ਤਰ੍ਹਾਂ ਸੈੱਟ ਕਰਨਾ ਉਹ ਦੇਖੋ। ਇਹ ਮੈਂ ਹੁਣ ਨਿਸ਼ਾਨ ਲਗਾਏ ਹੋਏ ਆ, ਟ੍ਰੇਸਿੰਗ ਵੀਲ ਦੇ ਨਾਲ ਮੈਂ ਟ੍ਰੇਸ ਕੀਤੇ ਹੋਏ ਆ ਜਿਹੜੇ ਪਲੇਟ ਪਾਣੀ ਹੈਗੀ ਹੈ। ਅਤੇ ਹੁਣ ਦੇਖੋ ਮੈਂ ਇਸ ਤਰ੍ਹਾਂ ਸੂਟ ਨੂੰ ਫੜ ਲੈਣਾ ਅਤੇ ਇਸ ਤਰ੍ਹਾਂ ਸਟ੍ਰੈਚ ਕਰਨਾ ਦੋਨਾਂ ਸਾਈਡ ਤੋਂ, ਤਾਂ ਕਿ ਜਿਹੜੀ ਲਾਈਨਿੰਗ ਔਰ ਕੱਪੜਾ ਆ ਉਹ ਬਰਾਬਰ ਬਰਾਬਰ ਦੋਨੋਂ ਪਾਸਿਓਂ ਵੰਡ ਹੋ ਜਾਵੇ, ਉੱਪਰ ਵਾਲਾ ਕੱਪੜਾ ਅਤੇ ਲਾਈਨਿੰਗ, ਠੀਕ ਹੈ। ਹੁਣ ਸਾਰੇ ਕੱਪੜੇ ਦੇ ਵਿੱਚ ਜਿਹੜੀ ਲਾਈਨਿੰਗ ਹੈ ਉਹ ਬਰਾਬਰ ਬਰਾਬਰ ਹੋ ਗਈ ਹੈ ਉੱਪਰੋਂ ਵੀ ਇਸ ਤਰ੍ਹਾਂ। ਅਤੇ ਹੁਣ ਆਪਾਂ ਜਿਹੜੀ ਪਲੇਟ ਹੈ ਉਹ ਪਾਣੀ ਸਟਾਰਟ ਕਰਨੀ ਹੈ। ਪਲੇਟਾਂ ਦਾ ਕੱਚਾ ਵੀ ਜਿਹੜਾ ਹੈਗਾ ਉਹ ਹੋ ਗਿਆ ਹੈ। ਹੁਣ ਆਪਾਂ ਆਰਾਮ ਦੇ ਨਾਲ ਜਿਹੜਾ ਹੈਗਾ ਬੈਕ ਸਾਈਡ ਤੋਂ ਇਹਨਾਂ ਨੂੰ ਚੱਕ ਕੇ ਇਸ ਤਰ੍ਹਾਂ ਪਲੇਟ ਪਾ ਸਕਦੇ ਹਾਂ ਦੋਨੋਂ, ਠੀਕ ਹੈ। ਅਤੇ ਹੁਣ ਦੇਖੋ ਹੁਣ ਆਪਾਂ ਫਰੰਟ ਦੇ ਪੱਲੇ 'ਤੇ ਕਿਸ ਤਰ੍ਹਾਂ ਅਟੈਚ ਕਰਨੀ ਹੈ, ਕਿਉਂਕਿ ਫਰੰਟ ਦੇ ਪੱਲੇ 'ਤੇ ਤਾਂ ਆਪਾਂ ਕਾਟ ਵੀ ਪਾਈ ਹੋਈ ਹੁੰਦੀ ਹੈ, ਠੀਕ ਹੈ। ਅਤੇ ਹੁਣ ਇਸ ਸੂਟ 'ਤੇ ਮੋਹਰੇ ਗਲਾ ਵੀ ਬਣਿਆ ਹੋਇਆ ਹੈ ਐਮਬਰੋਇਡਰੀ ਵਾਲਾ। ਜੇ ਤਾਂ ਤੁਸੀਂ ਪਾਈਪਿੰਗ ਨਹੀਂ ਲਗਾਉਣੀ ਫਿਰ ਤਾਂ ਤੁਸੀਂ ਇਹਦੇ ਨਾਲੋਂ ਨਾਲੋਂ ਹੀ ਇਹਨੂੰ ਬਣਾਉਣਾ ਹੈਗਾ ਹੈ। ਜੇ ਪਾਈਪਿੰਗ ਲਗਾਉਣੀ ਹੈ ਤਾਂ ਪਹਿਲਾਂ ਤੁਸੀਂ ਇਹਦੇ ਉੱਪਰ ਪਾਈਪਿੰਗ ਅਟੈਚ ਕਰਨੀ ਹੈ, ਜਿਸ ਤਰ੍ਹਾਂ ਮੈਂ ਕਰਨ ਲੱਗੀ ਹਾਂ। ਇਹ ਮੈਂ ਹੁਣ ਇਸ ਗਲੇ ਨੂੰ ਥੋੜ੍ਹਾ ਜਿਹਾ ਛੋਟਾ ਕਰਨਾ ਹੈ, ਕਿਉਂਕਿ ਇਹ ਜ਼ਿਆਦਾ ਵੱਡਾ ਹੋ ਜਾਣਾ ਹੈ ਮੇਰੇ ਕਸਟਮਰ ਦੇ ਅਕੋਰਡਿੰਗ, ਠੀਕ ਹੈ। ਅਤੇ ਤੁਸੀਂ ਚਾਹੋ ਤਾਂ ਇਹਨੂੰ ਬਿਲਕੁਲ ਨਾਲੋਂ ਨਾਲੋਂ ਵੀ ਪਾਈਪਿੰਗ ਲਗਾ ਸਕਦੇ ਹੋ। ਮੈਂ ਹੁਣ ਥੋੜ੍ਹਾ ਜਿਹਾ ਗੈਪ ਪਾ ਕੇ ਲਗਾਉਣੀ ਹੈਗੀ ਹੈ, ਤਾਂ ਕਿ ਗਲਾ ਥੋੜ੍ਹਾ ਛੋਟਾ ਹੋ ਜਾਵੇ। ਦੇਖੋ ਪਾਈਪਿੰਗ ਜਿਹੜੀ ਹੈ ਮੈਂ ਅਟੈਚ ਕਰ ਲਈ ਹੈ। ਅਤੇ ਹੁਣ ਇਹਨੂੰ ਲਾਈਨਿੰਗ ਨਾਲ ਕਿਸ ਤਰ੍ਹਾਂ ਅਟੈਚ ਕਰਨਾ ਹੈ ਦੇਖੋ। ਲਾਈਨਿੰਗ ਦਾ ਸੈਂਟਰ ਕਰਕੇ ਇਸ ਤਰ੍ਹਾਂ ਰੱਖ ਲੈਣਾ, ਅਤੇ ਜਿਹੜੇ ਆਪਾਂ ਗਲੇ 'ਤੇ ਪਾਈਪਿੰਗ ਅਟੈਚ ਕੀਤੀ ਹੈ ਉਹਨੂੰ ਇਸ ਤਰ੍ਹਾਂ ਉਲਟਾ ਕਰਕੇ ਉੱਪਰ ਰੱਖ ਦੇਣਾ ਸੈਂਟਰ ਤੋਂ। ਇਹਦਾ ਵੀ ਸੈਂਟਰ ਕਰ ਲੈਣਾ ਆਪਾਂ ਗਲੇ ਦਾ। ਸੈਂਟਰ ਨਾਲ ਸੈਂਟਰ ਮਿਲਾ ਕੇ ਸੈਂਟਰ ਤੋਂ ਇਹਦੀ ਕੱਚੀ ਸਿਲਾਈ ਲਗਾ ਦੇਣੀ ਹੈ ਗਲੇ ਤੱਕ। ਦੇਖੋ ਮੈਂ 2-3 ਟਾਂਕੇ ਭਰ ਕੇ ਉਹ ਤੋਂ ਬਾਅਦ ਅੰਡਰ ਆਰਮ ਤੋਂ ਇਸ ਤਰ੍ਹਾਂ ਫੜ ਕੇ ਦੋਨਾਂ ਦੋਨਾਂ ਕੱਪੜਿਆਂ ਨੂੰ ਲਾਈਨਿੰਗ ਔਰ ਸੂਟ ਨੂੰ
ਇਸ ਤਰ੍ਹਾਂ ਸਟ੍ਰੈਚ ਕਰਨਾ ਤਾਂ ਕਿ ਜਿਹੜੀ ਲਾਈਨਿੰਗ ਹੈ ਉਹ ਬਰਾਬਰ ਬਰਾਬਰ ਬੰਡ ਹੋ ਜਾਵੇ। ਜਦੋਂ ਇਸ ਤਰ੍ਹਾਂ ਸਟ੍ਰੈਚ ਕਰਕੇ ਦੋਨੋਂ ਬਰਾਬਰ ਆ ਗਏ ਤਾਂ ਫਿਰ ਸੈਂਟਰ ਤੋਂ ਫੜ ਕੇ ਕੱਚੀ ਸਿਲਾਈ ਲਗਾ ਦੇਣੀ ਇੱਕ। ਇਸ ਤਰ੍ਹਾਂ ਤੁਹਾਡੀ ਲਾਈਨਿੰਗ ਜਿਹੜੀ ਆ ਬਿਲਕੁਲ ਸੈਂਟਰ ਦੇ ਵਿੱਚ ਅਟੈਚ ਹੋਵੇਗੀ। ਤੇ ਹੁਣ ਆਪਾਂ ਜਿਹੜੀ ਪਾਈਪਿੰਗ ਵਾਲੀ ਸੀਣ ਹੈ ਬਿਲਕੁਲ ਉਹਦੇ ਉੱਪਰ ਉੱਪਰ ਸਿਲਾਈ ਲਗਾਉਣੀ ਹੈ। ਸਿਲਾਈ ਲਗਾਤੀ ਹੈ, ਲਾਈਨਿੰਗ ਜਿਹੜੀ ਹੈ ਗਲੇ ਦੇ ਨਾਲ ਅਟੈਚ ਹੋ ਚੁੱਕੀ ਹੈ। ਹੁਣ ਆਪਾਂ ਅੰਦਰੋਂ ਅੰਦਰੋਂ ਮਾਰਜਨ ਥੋੜ੍ਹਾ ਪੈਰ ਪੈਰ ਦਾ ਮਾਰਜਨ ਰੱਖ ਕੇ ਕੱਪੜਾ ਬਾਕੀ ਕੱਟ ਕੇ ਇਹਨੂੰ ਦੂਜੀ ਸਾਈਡ ਨੂੰ ਟਰਨ ਕਰ ਦੇਣਾ ਹੈ ਸੂਟ ਨੂੰ। ਦੇਖੋ ਇਹ ਲਾਈਨਿੰਗ ਵੀ ਗਲੇ ਤੇ ਅਟੈਚ ਹੋ ਗਈ ਤੇ ਗਲਾ ਵੀ ਬਣ ਗਿਆ ਤੇ ਜਿਹੜੀ ਪਾਈਪਿੰਗ ਹੈ ਉਹ ਵੀ ਲੱਗ ਚੁੱਕੀ ਹੈ। ਹੁਣ ਮੈਂ ਸਿੰਗਲ ਬੂਟ ਚੜਾ ਕੇ ਨਾਲ ਨਾਲ ਦੀ ਸਿਲਾਈ ਲਗਾਉਣੀ ਹੈ ਇੱਕ, ਤਾਂ ਕਿ ਜਿਹੜੀ ਅੰਦਰੋਂ ਲਾਈਨਿੰਗ ਹੈ ਉਹ ਇਸ ਤਰ੍ਹਾਂ ਉੱਪਰ ਨਾ ਉੱਠੇ, ਬਾਹਰ ਨਾ ਨਿਕਲੇ। ਦੇਖੋ ਮੈਂ ਨਾਲ ਉਹ ਸਿਲਾਈ ਵੀ ਜਿਹੜੀ ਹੈਗੀ ਆ ਉਹ ਲਗਾਤੀ ਹੈਗੀ ਹੈ ਤੇ ਮੈਂ ਮੋਢੇ ਵੀ ਜਿਹੜੇ ਆ ਅਟੈਚ ਕਰ ਲਏ ਆ ਇਹ। ਤੇ ਹੁਣ ਮੈਂ ਇਸ ਤਰ੍ਹਾਂ ਆਹ ਆਰਮ ਹੋਲ ਜਿਹੜੇ ਆ ਇਹ ਵਾਲੇ ਅਟੈਚ ਨਹੀਂ ਕਰਨੇ, ਮੈਂ ਹੁਣ ਪਹਿਲਾਂ ਸਾਈਡਸ ਅਟੈਚ ਕਰਨੀ ਹੈ। ਇੱਕ ਸਾਈਡ ਤੋਂ ਅਟੈਚ ਕਰ ਲਈ ਇਸ ਤਰ੍ਹਾਂ, ਇਸੇ ਤਰ੍ਹਾਂ ਦੂਜੀ ਸਾਈਡ ਦੀ ਸਾਈਡ ਵੀ ਜਿਹੜੀ ਹੈਗੀ ਆ ਅਟੈਚ ਕਰ ਲੈਣੀ ਆ ਲਾਈਨਿੰਗ ਦੇ ਨਾਲ। ਦੇਖੋ ਮੈਂ ਸਾਈਡਾਂ ਵੀ ਅਟੈਚ ਕਰ ਲਈਆਂ। ਮੈਂ ਜਿਹੜੀ ਇਹ ਆਰਮ ਹੋਲ ਵਾਲੀ ਸਾਈਡ ਹੈ ਇੱਥੇ ਸਿਲਾਈ ਨਹੀਂ ਲਗਾਈ ਸੀ ਕਿਉਂਕਿ ਮੈਂ ਲਾਈਨਿੰਗ 'ਤੇ ਕਾਟ ਨਹੀਂ ਪਾਈ ਹੋਈ। ਹੁਣ ਸਾਡਾ ਜਿਹੜਾ ਸਾਰਾ ਅਟੈਚ ਹੋ ਚੁੱਕਿਆ ਹੈ, ਦੋਨੋਂ ਪਾਸੇ ਫੜ ਕੇ ਇਸ ਤਰ੍ਹਾਂ ਮੈਂ ਸਟ੍ਰੈਚ ਕਰ ਲਿਆ ਅੰਡਰ ਆਰਮ ਟੂ ਅੰਡਰ ਆਰਮ ਅਤੇ ਹੁਣ ਇਹ ਜਿਹੜੀ ਸੈੱਟ ਹੋ ਕੇ ਪਈ ਹੋਈ ਹੈ। ਹੁਣ ਮੈਂ ਇਹਨੂੰ ਕਟਿੰਗ ਕਰ ਦੇਣੀ ਲਾਈਨਿੰਗ ਨੂੰ ਐਕਸਟਰਾ ਨੂੰ। ਇਸ ਤਰ੍ਹਾਂ ਅਤੇ ਹੁਣ ਇਹਨੂੰ ਆਪਾਂ ਅਟੈਚ ਕਰ ਦੇਣਾ ਇਹਦੇ ਨਾਲ ਆਰਮ ਹੋਲ 'ਤੇ। ਤਾਂ ਆਪਾਂ ਅਗਲੇ ਪਿਛਲੇ ਦੋਨਾਂ 'ਤੇ ਹੀ ਐਸੀ ਤਰ੍ਹਾਂ ਅਟੈਚ ਕਰਨੀ ਹੈ ਲਾਈਨਿੰਗ ਕਿ ਇੱਥੋਂ ਸਿਲਾਈ ਸਟਾਰਟ ਕਰਕੇ ਇਸ ਇਹ ਕੋਨਾ ਫੜ ਕੇ ਇਸ ਤਰ੍ਹਾਂ ਸਟ੍ਰੈਚ ਕਰ ਲੈਣਾ ਤਾਂ ਕਿ ਜਿਹੜੀ ਲਾਈਨਿੰਗ ਹੈ ਉਹ ਬਰਾਬਰ ਬਰਾਬਰ ਪੂਰੇ ਆਰਮ ਹੋਲ 'ਤੇ ਅਟੈਚ ਹੋ ਜਾਵੇ। ਇਸੇ ਤਰ੍ਹਾਂ ਦੂਜੀ ਸਾਈਡ ਦੀ ਜਿਹੜੀ ਲਾਈਨਿੰਗ ਹੈ ਉਹਨੂੰ ਵੀ ਆਪਾਂ ਅਟੈਚ ਕਰ ਲੈਣਾ। ਠੀਕ ਹੈ, ਇਸ ਤਰ੍ਹਾਂ ਦੇਖੋ ਹੋ ਚੁੱਕੀ ਹੈ, ਬੜੀ ਵਧੀਆ ਇਹ ਸਾਰੀ ਹੋਈ। ਅਤੇ ਇਸੇ ਤਰ੍ਹਾਂ ਜਿੱਦਾਂ ਮੈਂ ਤੁਹਾਨੂੰ ਬੈਕ ਸਾਈਡ ਦੇ ਪੱਲੇ 'ਤੇ ਪਲੇਟਸ ਪਾਣੀ ਦੱਸੀ ਹੈ, ਉਸੇ ਤਰ੍ਹਾਂ ਜਦੋਂ ਆਪਾਂ ਮੋਢੇ ਅਟੈਚ ਕਰ ਲੈਣੇ ਇਹ ਵਾਲੇ ਨਿਸ਼ਾਨ ਮੈਂ ਲਗਾਏ ਹੋਏ ਆ ਹਲਕੇ ਹਲਕੇ।
ਹਲਕੇ ਹਲਕੇ ਨਿਸ਼ਾਨ ਜਿਹੜੇ ਪਲੇਟਸ ਦੇ ਲਗਾਏ ਹੋਏ ਆ, ਇਹਨਾਂ ਨੂੰ ਪਹਿਲਾਂ ਆਪਾਂ ਕੱਚਾ ਕਰ ਲੈਣਾ। ਜਿਸ ਤਰ੍ਹਾਂ ਮੈਂ ਤੁਹਾਨੂੰ ਬੈਕ ਦੇ ਪੱਲੇ ਤੇ ਦੱਸਿਆ ਕਿ ਕਿਸ ਤਰ੍ਹਾਂ ਪਾਣੀ ਹੈਗੀ ਆ ਪਲੇਟਸ, ਉਸੇ ਤਰ੍ਹਾਂ ਇਹਨਾਂ ਨੂੰ ਵੀ ਇਸ ਤਰ੍ਹਾਂ ਕੱਚਾ ਕਰ ਲੈਣਾ ਪਹਿਲਾਂ ਲਾਈਨਿੰਗ ਦੇ ਨਾਲ। ਜਦੋਂ ਸਾਡਾ ਇਹ ਕੰਮ ਜਿਹੜਾ ਹੈਗਾ ਉਹ ਪ੍ਰੋਪਰਲੀ ਹੋ ਜਾਂਦਾ ਹੈ, ਉਹ ਤੋਂ ਬਾਅਦ ਇਹ ਇੱਕ ਸਿੰਪਲ ਸ਼ਰਟ ਬਣ ਜਾਂਦਾ ਹੈ, ਇੱਕ ਪੱਲਾ ਹੀ ਬਣ ਜਾਂਦਾ ਹੈ। ਫਿਰ ਉਹ ਤੋਂ ਬਾਅਦ ਜਿਹੜੀ ਸਿਲਾਈ ਹੈ ਆਪਾਂ ਸਿੰਪਲ ਸੂਟ ਦੀ ਤਰ੍ਹਾਂ ਆਰਾਮ ਨਾਲ ਇਹਦੀ ਕਰ ਸਕਦੇ ਹਾਂ। ਠੀਕ ਹੈ, ਮੈਨੂੰ ਉਮੀਦ ਹੈ ਕਿ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਤੁਹਾਨੂੰ ਜ਼ਰੂਰ ਸਮਝ ਵਿੱਚ ਆਇਆ ਹੋਵੇਗਾ ਅਤੇ ਤੁਹਾਡੇ ਕੰਮ ਵੀ ਜ਼ਰੂਰ ਆਵੇਗਾ। ਜੇ ਵੀਡੀਓ ਥੋੜ੍ਹੀ ਜਿਹੀ ਵੀ ਵਧੀਆ ਲੱਗੀ ਹੈ, ਸਮਝ ਵਿੱਚ ਆਈ ਹੈ, ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਓਕੇ ਫਰੈਂਡਸ, ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਬਾਏ ਬਾਏ।